ਗੁਰੂ ਕਾਸ਼ੀ ਸਾਹਿਤ ਅਕਾਦਮੀ ਵੱਲੋਂ ਤਨੇ ਰੋਜ਼ਾ ਕਾਦਮਿਕ ਤੇ ਪੁਸਤਕ ਮੇਲਾ ਗੁਰੂ ਕਾਸ਼ੀ ਸਾਹਿਤ ਅਕਾਦਮੀ ਅਵਾਰਡ ਅਤੇ ਤਿੰਨ ਕਾਦਮਿਕ ਪੁਰਸਕਾਰ ਵੀ ਦਿੱਤੇ ਜਾਣਗੇ। ਮਾਲਵਾ ਖੇਤਰ ਦੀ ਵੱਡੇ ਆਕਾਰੀ ਸਾਹਿਤਕ ਤੇ ਅਕਾਦਮਿਕ ਸੰਸਥਾ ਜਿਹੜੀ ਕੀ ਸਾਹਿਬੇ ਕੁਮਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਵੰਜਾ ਸਾਹਿਤਕਾਰਾਂ ਨੂੰ ਸਮਰਪਿਤ ਅਤੇ ਮਹਿਜ 6 ਮਹੀਨੇ ਪਹਿਲਾਂ ਹੱਦ ਵਿੱਚ ਹੋਂਦ ਵਿੱਚ ਆਈ ਸੀ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਵੱਲੋਂ ਸ਼ਹੀਦ 에 ਆਜ਼ਮ ਭਗਤ ਸਿੰਘ ਨੂੰ ਸਮਰਪਿਤ ਤਿੰਨ ਰੋਜ਼ਾ ਸਾਹਿਤਕ ਅਕਾਦਮਿਕ ਤੇ ਪੁਸਤਕ ਮੇਲਾ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਰੋੜੀ ਰੋੜ ਤਲਵੰਡੀ ਸਾਬੋ ਵਿਖੇ ਮਿਤੀ 21 22 23 ਮਾਰਚ 2022 ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਤਿੰਨ ਦਿਨ ਕਵੀ ਦਰਬਾਰ ਰੂਬਰੂ ਅਤੇ ਵੱਖ-ਵੱਖ ਵਿਸ਼ਿਆਂ ਦੇ ਭਾਸ਼ਣ ਤੇ ਸੰਵਾਦ ਰਚਾਈ ਜਾਣ ਦਾ ਸਮਾਗਮ ਹੋਣ ਦੇ ਨਾਲ-ਨਾਲ ਤਿੰਨ ਦਿਨ ਪੁਸਤਕ ਪ੍ਰਦਰਸ਼ਨੀਆਂ ਅਤੇ ਹੋਰ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਸੰthਾਪਕ ਪ੍ਰੋਫੈਸਰ ਡਾਕਟਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੇ ਪਹਿਲੇ ਦਿਨ ਸੱਭਿਆਚਾਰਕ ਦੀ ਤੋਦੀ ਫਿਰਦੀ ਮੂਰਤ ਲਿੱਲੂ ਸਿੰਘ ਨੱਤ ਸੰਮਲੇ ਵਾਲੇ ਨੂੰ ਸੱਭਿਆਚਾਰਕ ਵਾਰ 2022 ਦੂਜੇ ਦਿਨ ਦੁਨੀਆ ਦਾ ਬਹੁਤ ਸਾਰਾ ਰਿਕਾਰਡ ਤੇ ਅੰਕੜਾ ਜਵਾਨੀ ਯਾਦ ਰੱਖਣ ਵਾਲੇ ਗੁਰਚਰਨ ਸਿੰਘ ਮਾਨ ਬੰਗੀ ਨੂੰ ਵਿਰਾਸਤ ਸੰਭਾਲ ਅਵਾਰਡ 2022 30 ਦਿਨ ਸਾਹਿਤ ਚੇਤਨਾ ਵਾਤਾਵਰਨ ਮਿਸ਼ਨ ਤੇ ਹੋਰ ਕਈ ਤਰ੍ਹਾਂ ਦੇ ਮਿਸ਼ਨ ਚਲਾਉਣ ਵਾਲੇ ਲਾਲ ਚੰਦ ਸਿੰਘ ਬਠਿੰਡਾ ਨੂੰ ਸਾਹਿਤ ਸਮਾਜ ਸੇਵਾ ਅਵਾਰਡ 2022 ਦੇ ਨਾਲ ਨਾਲ ਹਰ ਰੋਜ਼ ਇੱਕ ਇੱਕ ਅਕਾਦਮਿਕ ਪੁਰਸਕਾਰ ਜਿਵੇਂ ਦਵਿੰਦਰ ਵੀਬੀ ਪੁਰੀਆ ਨੂੰ ਊੜਾੜ ਅੱਖਰਾਂ ਦੇ ਸਾਹਿਤਿਕ ਪੁਰਸਕਾਰ ਮਨਦੀਪ ਰਿੰਪੀ ਨੂੰ ਕਿੱਟੀ ਦੀ ਖੀਰ ਪੁਸਤਕ ਲਈ ਬਾਲ ਸਾਹਿਤ ਪੁਰਸਕਾਰ ਅਤੇ ਸ਼ਮੀ ਜਲੰਦਰੀ ਨੂੰ ਕਾਵ ਸਾਹਿਤ ਪੁਰਸਕਾਰ ਵੀ ਦਿੱਤੇ ਜਾਣਗੇ ਗੁਰਜੀਤ ਸਿੰਘ ਸਮੇਤ ਪੰਜ ਮੈਂਬਰੀ ਕਮੇਟੀ ਦੇ ਸਮੁੱਚੇ ਸਾਹਿਤਕਾਰਾਂ ਸਹਿਤ ਪ੍ਰੇਮੀਆਂ ਪੱਤਰਕਾਰਾਂ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਮੇਲੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ ਸਿਹਤ ਸਿੱਖਿਆ ਸਾਹਿਤ ਸੱਭਿਆਚਾਰ ਤੇ ਸਮਾਜ ਸੇਵਾ ਦੇ ਪੰਜ ਸਸਿਆਂ ਨੂੰ ਸਮਰਪਿਤ ਸੰਸਥਾ ਜੋ ਵੀ ਸੱਤ ਸਹਿਜਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਪਿਛਲੇ 17 ਸਾਲਾਂ ਤੋਂ ਸਮਾਗਮ ਕਰਦੀਆਂ ਆ ਰਹੀਆਂ ਸੀ ਉਹਨਾਂ ਦੀ ਪੂਰੀ ਸੰਪੂਰਨ ਸਤਾਰੀ ਦੇ ਉੱਤੇ ਸਥਾਪਿਤ 12 ਸਤੰਬਰ 2021 ਨੂੰ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਜੋ ਕਿ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਸਾਹਿਤਕਾਰਾਂ ਨੂੰ ਸਮਰਪਿਤ ਇੱਕ ਮਾਲਵਾ ਖੇਤੇ ਖੇਤਰ ਦੀ ਵੱਡਕਾਰੀ ਅਕਾਦਮਿਕ ਸੰਸਥਾ ਜਿਨੇ 6 ਮਹੀਨਿਆਂ ਵਿੱਚ ਆਪਣੇ 6 ਸਮਾਗਮ ਕਰਦਿਆਂ ਸ਼ਮਾਹੀ ਸਮਾਗਮ ਆਉਣ ਵਾਲੀ 21 22 ਤੇ 23 ਮਾਰਚ 2022 ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਤਿੰਨ ਰੋਜ਼ਾ ਅਕਾਦਮਕ ਤੇ ਪੁਸਤਕ ਮੇਲਾ ਅਜੋਜ਼ਤ ਕੀਤਾ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਵਿੱਚ ਉਸ ਦੇ ਵਿੱਚ 42 43 ਜਿਹੜੇ ਹੁਣ ਤੱਕ ਹੈ ਮਾਨਯੋਗ ਮੋਢੀ ਮੈਂਬਰ ਰਜਿਸਟਰਡ ਹੋ ਚੁੱਕੇ ਨੇ 11 ਅਸੀਂ ਮਾਨਯੋਗ ਵਿਸ਼ੇਸ਼ ਇਨਵਾਈਟੀ ਮੈਂਬਰ ਨਾਮਜ਼ਦ ਕਰ ਚੁੱਕੇ ਹਾਂ ਔਰ 7 ਵਿਦੇਸ਼ ਚੋਂ ਵਿਸ਼ੇਸ਼ ਸੋਸੀਅਟ ਮੈਂਬਰ ਵੀ ਨਾਮਜ਼ਦ ਕਰ ਚੁੱਕੇ ਹਾਂ ਔਰ ਪੂਰੀ 17 ਮੈਂਬਰੀ ਅਹੁਦੇਦਾਰੀ 17 ਮੈਂਬਰੀ ਕਾਰਜਕਾਰੀ 5 ਮੈਂਬਰੀ ਇੱਕ ਹੋਰ ਪ੍ਰਬੰਧਕੀ ਕਮੇਟੀ ਦਾ ਗਠਨ ਹੋਇਆ ਹੈ ਸਮੁੱਚੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਵਧੀਆ ਉਦਦਮ ਕਰਕੇ ਤਿੰਨ ਰੋਜ਼ਾ ਕਾਦਮਕ ਤੇ ਪੁਸਤਕ ਮੇਲਾ ਤਿੰਨੇ ਦਿਨ ਕਵੀ ਦਰਬਾਰ ਰੂਬਰੂ ਤੇ ਤਿੰਨ ਸ਼ਖਸੀਅਤਾਂ ਤੇ ਤਿੰਨ ਪੁਸਤਕ ਰਚੇਤਾ ਸ਼ਖਸੀਅਤਾਂ ਦਾ ਸਨਮਾਨ ਸਮਾਰੋਹ ਹੋਣ ਜਾ ਰਿਹਾ ਹੈਗਾ ਸਾਰੇ ਹੀ ਸੰਸਾਰ ਦੇ ਸਾਹਿਤਕਾਰਾਂ ਪੱਤਰਕਾਰਾਂ ਬੁੱਧੀਜੀਵੀਆਂ ਵਿਦਵਾਨਾਂ ਕਵੀਆਂ ਕਵੀਸ਼ਰਾਂ ਸਾਭ ਨੂੰ ਬੇਨਤੀ ਕਰਦੇ ਆ ਕਿ ਸਾਰੇ ਸਾਹਿਤ ਪ੍ਰੇਮੀ ਇਸ ਤਿੰਨ ਦਿਨਾਂ ਅਕਾਦਮਿਕ ਮੇਲੇ 'ਚ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਗੁਰੂ ਕੀ ਕਾਸ਼ੀ ਦੀ ਧਰਤੀ ਤੇ ਆਜ਼ਾਦ ਗੁਰੂ ਕਾਸ਼ੀ ਸਾਹਿਤ ਕਾਦਮੀ ਦਮਦਮਾ ਸਾਹਿਬ ਦਾ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਵਿੱਚ ਹੋ ਰਿਹਾ ਇਸ ਮੇਲੇ ਵਿੱਚ ਆਪਣਾ ਤਨ ਮਨ ਧਨ ਨਾਲ ਯੋਗਦਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ